ਅੱਜ ਅਸੀਂ ਨੈਸ਼ਨਲ ਹਿਊਮਨ ਰਾਈਟ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ, ਅੱਜ ਤੁਸੀਂ ਪਤੰਗਾਂ ਦੇ ਉੱਤੇ, ਗੁੱਡੀਆਂ ਦੇ ਉੱਤੇ ਕਾਲੇ ਕਾਨੂੰਨ ਰੱਦ ਕਰੋ ਅਤੇ ਹੋਰ ਵੀ ਬਹੁਤ ਕੁਛ ਲਿਖ ਕੇ ਪ੍ਰੋਟੈਸਟ ਕਰ ਰਹੇ, ਜੇ ਲੋਹੜੀ ਦਾ ਤਿਉਹਾਰ ਹੈ ਕੀ ਕਹੋਗੇ? ਦੇਖੋ, ਲੋਹੜੀ ਦਾ ਤਿਉਹਾਰ ਸਭ ਤੋਂ ਪ੍ਰਤੀਕ ਤਿਉਹਾਰ ਮੰਨਿਆ ਜਾਂਦਾ, ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਆਪਾਂ ਆਪਣੇ ਢੰਗ ਨਾਲ, ਔਰ ਜਿਹੜੀ ਪੰਜਾਬ ਦਾ ਕਲਚਰ ਆ ਉਹ ਗੁੱਡੀਆਂ ਡਾ ਕੇ ਮਨਾਇਆ ਜਾਂਦਾ। ਅੱਜ ਅਸੀਂ ਗੁੱਡੀਆਂ 'ਤੇ ਲਿਖ ਕੇ ਕਾਲੇ ਕਾਨੂੰਨ ਵਾਪਸ ਕਰੋ, ਇੰਡੀਅਨ ਗੌਰਮੈਂਟ ਫੇਲ, ਇਸ ਤਰ੍ਹਾਂ ਦੇ ਮੈਸੇਜ ਦੇ ਕੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ, ਜਿਹੜੀ ਸੁੱਤੀ ਸਰਕਾਰ ਨੂੰ। ਔਰ ਜੋ ਤੁਸੀਂ ਦੇਖ ਰਹੇ ਹੋ ਰੋਜ਼ ਦੀ ਇੱਕ ਦੋ ਰੇਸ਼ੋ ਜਿਹੜੀ ਡੈਥਸ ਹੋ ਰਹੀਆਂ, ਉਹਨਾਂ ਨੂੰ ਵੀ ਅਸੀਂ ਕਹਿੰਦੇ ਕਿ ਹੁਣ ਤਾਂ ਜਾਗ ਜਾਓ, ਕਦੋਂ ਜਾਗੋਗੇ? ਹੁਣ ਸਾਰੇ ਤਿਉਹਾਰ ਜਿਹੜੇ ਵੀ ਆ ਅਸੀਂ ਕਿਸਾਨਾਂ ਦੇ ਨਾਲ ਰਿਲੇਟਿਵ ਮਨਾ ਰਹੇ ਹਾਂ। ਅਸੀਂ ਅੱਜ ਆਪਣਾ ਜਿਹੜਾ ਗੁੱਡੀਆਂ 'ਤੇ ਲਿਖ ਕੇ ਮੇਨ ਸਾਡਾ ਗੁੱਡੀਆਂ ਦਾ ਹੈ, ਅਸੀਂ ਗੁੱਡੀਆਂ 'ਤੇ ਲਿਖ ਕੇ ਆਪਣਾ ਪ੍ਰੋਟੈਸਟ ਜੋ ਵੀ ਆ ਉਹਨਾਂ ਦਾ ਕੀਤਾ। ਅਸੀਂ ਜੋ 26 ਤਰੀਕ ਤੋਂ ਪਹਿਲਾਂ ਵੀ ਕੋਈ ਇਹੋ ਜਿਹਾ ਮੈਸੇਜ ਲੈ ਕੇ ਆਵਾਂਗੇ ਜਿਹਦੇ ਨਾਲ ਮੋਦੀ ਸਰਕਾਰ ਨੂੰ ਇੱਕ ਸੁਨੇਹਾ ਪਹੁੰਚੇ ਆਪਣੇ ਵੱਖਰੇ ਤਰੀਕੇ ਨਾਲ। ਅਸੀਂ ਇਹ ਕਹਿੰਦੇ ਜੀ, ਅਸੀਂ ਗੁੱਡੀਆਂ ਲਿਖਿਆ ਕਾਨੂੰਨ, ਕਾਲੇ ਕਾਨੂੰਨ ਰੱਦ ਕਰੋ, ਨੋ ਫਾਰਮਰ ਨੋ ਫੂਡ ਲਿਖਿਆ ਵਾ, ਅਤੇ ਇੰਡੀਅਨ ਗੌਰਮੈਂਟ ਫੇਲ ਲਿਖਿਆ ਜੀ, ਕਿਉਂਕਿ ਹਰ ਪਾਸਿਓਂ ਫੇਲ ਹੋਈ ਇੰਡੀਆ ਗੌਰਮੈਂਟ, ਅਤੇ ਉਹ ਹਰ ਚੀਜ਼ ਹਰ ਮੁੱਦੇ 'ਤੇ ਫੇਲ ਆ, ਅਤੇ ਇਸ ਕਰਕੇ ਅਸੀਂ ਇਹੀ ਕਹਿੰਦੇ ਵੀ ਉਹ ਕਾਲੇ ਕਾਨੂੰਨ ਰੱਦ ਕਰਨ, ਜਿਹੜੀ ਉਹ ਜਿਹੜੇ ਇੱਥੇ ਕਿਸਾਨ ਬੈਠੇ ਹੋਏ ਨੇ ਉਹ ਆਪਣੇ ਵਾਪਸ ਘਰਾਂ ਨੂੰ ਆ ਕੇ ਆਪਣੇ ਘਰ ਖੁਸ਼ੀਆਂ ਮਨਾਉਣ।